ਮੈਨੂੰ ਖਾਬ ਆਈ ਸੀ ਕਿ ਡੋਲੀ ਤੇਰੀ ਨੂੰ ਹੈ ਲੋਰੀ ਯੂ ਆਈ ਲਵ ਯੂ ਲੋਰੀ ਨਹੀਂ ਆਪਣੀ ਬੇਗਮ ਨੂੰ ਕਹਿਣਾ ਅੱਛਾ ਉਹਨੂੰ ਕਹਿਣਾ ਠੀਕ ਹੈ ਦੇਖਨੀ ਹੈ ਕੇਕ ਕਿਸ ਤਰ੍ਹਾਂ ਕਹਿੰਦੇ ਹੈ ਭਲਾ ਤੁਸੀਂ ਓ ਨੋ 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 ਡਾਰਲਿੰਗ ਤੂੰ ਮੈਨੂੰ ਫਰਾਡੀਆਂ ਸਮਝ ਨਹੀਂ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ ਵਾ ਹੈ ਐਵੇਂ 18 ਸਾਲ ਗੁਜ਼ਰ ਗਏ ਨੇ ਤੈਨੂੰ ਹੱਲ ਵੀ ਨਹੀਂ ਮੇਰੇ ਤੇ ਇਤਬਾਰ ਮੈਂ ਤੈਨੂੰ ਆਈ ਲਵ ਯੂ ਕਹਿਣਾ ਜਾਨੀ ਲੋਹਰ ਦਾ ਇੱਕ ਵੇ ਪਾਵਾ ਨਹੀਂ ਹੈ ਕਿ ਡੋਲੀ ਤੁਹਾਨੂੰ ਬੜੀ ਪਸੰਦ ਹੈ ਨਹੀਂ ਨਹੀਂ ਉਹ ਮੇਰੇ ਬੇਟੇ ਨੇ ਪਸੰਦ ਕਰ ਲਈ ਏ ਤੁਹਾਡੇ ਵਾਸਤੇ ਹਾਂ ਨਹੀਂ ਨਹੀਂ ਮੇਰੇ ਬੇਟੇ ਲਈ ਅੱਛਾ ਤੇ ਮੈਂ ਡੋਲੀ ਨੂੰ ਸੁਨੇਹਾ ਦੇਣਾ ਚਾਹਨਾ ਵਾ ਕਿ ਤਿਆਰ ਹੋ ਕੇ ਰਹੀ ਸਾਹਕ ਦੇ ਜੋੜੇ ਚ ਅਸੀਂ ਮੁਹੰਮਦ ਬਿਨ ਕਾਸਮ ਨਾਲ ਆਏ ਅਸੀਂ ਜੰਗ ਨਹੀਂ ਹਾਰਦੇ ਅਸੀਂ ਤੈਨੂੰ ਲੈ ਕੇ ਜਾਣਾ ਜਿੰਨੇ ਡੱਕ ਨਾ ਟੱਕ ਸਕੇ ਕਿਉਂਕਿ ਲੋਰ ਦਾ ਕੋਈ ਪਾਬਾਸ ਕਰਵਾ ਅਸ਼ੇਖ ਰਸ਼ੀਦ ਉਹ ਤੇ ਅੱਲਾ ਤੌਬਾ ਹੈ ਤੇ ਸੁਲਤਾਨ ਰਾਏ ਮੈਨੂੰ ਬਹੁਤ ਪਸੰਦ ਸੀ ਇਸ ਪੋਜੀਸ਼ਨ 'ਚ ਕੋਈ 50 60 ਸਾਲ ਦੀ ਹੋਵੇ ਤੇ ਫਿਰ ਠੀਕ ਹੈ ਤੇ ਤੁਹਾਨੂੰ ਡੋਲੀ ਕਿੰਨੇ ਦੀ ਲੱਗਦੀ ਹੈ ਡੋਲੀ ਮੈਨੂੰ ਕੋਈ 61 ਦੀ ਲੱਗਦੀ ਅਮਰਾਨ ਹਾ ਕੋ ਜੇਲ੍ਹ ਮੇ ਭੇਜਾ ਜਾਏ ਨਾ ਇਹ ਖਟਮਨ ਲੜੇਗਾ ਨਾ ਤੇ ਇਸਨੇ ਕਹਿਣਾ ਗੋਗੀ ਉਹ ਕੀ ਹੁੰਦਾ ਨਾ ਹੈ ਤੈਨੂੰ ਮੈਂ ਐਵੇਂ ਦਬਈ ਭੇਜਿਆ ਮੈਂ ਕਿਸ ਤਰ੍ਹਾਂ ਕਹੇਗਾ ਕਿਸ ਤਰ੍ਹਾਂ ਕਹੇਗਾ

आने वाली वीडियो आप तक पहुँच सके शुक्रिया असल उर्दू फाइव के साथ मैं हूँ शगुफ्ता सलीम आपने लाहौर के सीरी पाए तो बड़े मशहूर हैं सुना ही होगा कि लाहौर के सीरी पाए बड़े मशहूर हैं लेकिन अब जो है एक नया ट्रेंड भी स्टार्ट हो गया हमारे पाकिस्तान में हमारे लाहौर में पावा लोहरदा पावादा पावा अख्तर लावा अच्छा इनका पावा और इनका लावा जो है ये कैसे स्टार्ट हुआ पहले पावे पे बात करेंगे फिर लावे पे बात करेंगे इनका पावा लावा जो है ना हम इनसे ही पूछते हैं असल मैडम अच्छा पहले ये बैठेंगे यहाँ हाँ क्योंकि फिर बार बार आपका लावा आ जाता है तो फिर हमें खड़ा होना पड़ता है हाँ जी थोड़ा इधर आ जाए अच्छा ये बताएं आपका वैसे पूरा नाम क्या है मेरा नाम मोहम्मद अख्तर लावा अच्छा

तो मेरा एम एन ए कज़न है मैं इश्ताक उसने बोला यार तू भी इलेक्शन लड़ रहे हाँ। और मैंने पहली दफ़ा इलेक्शन लड़ा सबसे ज्यादा वोट मेरे थे अच्छा आ, कि आपने कान... किस वजह से आपको लोगों ने पसंद किया आपके डायलॉग से आपके यानी के इखलाक से या बच्चों के प्यार से वो आपको कहानी सुनाता हूँ ना वो हमारा मोहल्प के ना निशान था इंतहा मंजी अच्छा नहीं आया वो तो ही आया है ਅੱਛਾ ਤੇ ਉਹਨਾਂ ਨੇ ਕਿਹਾ ਟੁੱਟ ਗਈ ਮੰਜੀ ਰਹਿ ਗਿਆ ਪਾਵਾ ਤਖਤ ਲਾਵਾ ਤਖਤ ਲਾਵਾ ਉਦੋਂ ਤੇ ਪਾਵੇ ਵੀ ਬਾਵਾ ਰੰਗੀਨ ਤੇ ਵੱਡੇ ਪਾਵੇ ਹੁੰਦੇ ਆਹੋ ਉਹ ਜਿਹੜਾ ਚਾਂਦੀ ਦੇ ਵਰਕਾ ਵਾਲਾ ਪਾਵਾ ਸੀ ਨਾ ਉਹ ਮੈਂ ਸਾਂ ਅੱਛਾ ਅੱਛਾ ਤੇ ਉਹਨਾਂ ਨੇ ਡਾਲਕ ਫੇਰ ਬਣਾਇਆ ਠੰਡੀ ਚਾਹ ਤੇ ਗਰਮ ਕਾਵਾ ਅਖਤਰ ਲਾਵਾ ਅਖਤਰ ਲਾਵਾ ਲੁਥੀਓ ਲੋਟਾ ਇੱਕ ਵਾਰ ਪਾਵਾ ਅਖਤਰ ਲਾਵਾ ਤੇ ਇਹ ਬਤਾਏ ਬਾਕੀ ਦੁਆਤੇ ਹੋ ਗਈ ਇਹ ਐਕਟਰੈਸ ਕੌਣ ਸੀ ਪਸੰਦ ਆ ਆਪਕੋ ਪਹਿਲੇ ਅੰਜਮਨ ਪਸੰਦ ਸੀ ਪਹਿਲੇ ਅੰਜਮਨ ਨੂੰ ਪਸੰਦ ਸੀ ਹੁਣ ਕੋਈ ਚੇਂਜ ਹੋ ਗਈ ਨਹੀਂ ਨਹੀਂ ਟਿਕਟੋਕਰਾਂ ਨੂੰ ਪਸੰਦ ਨਹੀਂ ਹੈ ਐਕਟਰਾਂ ਪਸੰਦ ਨੇ ਵੈਸੇ ਮੈਂ ਟਿਕਟੋਕਰਾਂ ਦਾ ਧਿਆਲੀ ਕੋਈ ਸਰਵੇ ਨਹੀਂ ਕੀਤਾ ਮੈਂ ਨਹੀਂ ਸੀ ਵੇਖਦਾ ਕਿ ਕਿਹੜੀ ਟਿਕਟੋਕਰ ਨੰਬਰ 1 ਤੇ ਜਾ ਰਹੀ ਹੈ ਸਿਰਫ ਇੱਕ ਟਿਕਟੋਕਰ ਨੂੰ ਜਾਣਨਾ ਖੁਰਮ ਗੁੱਜਰ ਨੂੰ ਕਿਉਂ ਕਿ ਮੇਰਾ ਦੋ ਨਹੀਂ ਮੈਂ ਫੀਮੇਲ ਦਾ ਪੁੱਛਿਆ ਨਾ ਫੀਮੇਲ ਮੈਂ ਪੁੱਛ ਸੁਣਿਆ ਕਿ ਡੋਲੀ ਤੁਹਾਨੂੰ ਬੜੀ ਪਸੰਦ ਹੈ ਨਹੀਂ ਨਹੀਂ ਉਹ ਮੇਰੇ ਬੇਟੇ ਨੇ ਪਸੰਦ ਕਰ ਲਈ ਹੈ ਤੁਹਾਡੇ ਵਾਸਤੇ ਹਾਂ ਨਹੀਂ ਨਹੀਂ ਮੇਰੇ ਬੇਟੇ ਲਈ ਤੇ ਮੈਂ ਢੋਲੀ ਨੂੰ ਸੁਨੇਹਾ ਦੇਣਾ ਚਾਹਨਾ ਵਾ ਕਿ ਤਿਆਰ ਹੋ ਕੇ ਰਹੀ ਸੁਹਾਗ ਦੇ ਜੋੜੇ ਚ ਅਸੀਂ ਮੁਹੰਮਦ ਬਿਨ ਕਾਸਮ ਨਾਲ ਆਇਆ ਅਸੀਂ ਜੰਗ ਨਹੀਂ ਹਾਰਦੇ ਅਸੀਂ ਤੈਨੂੰ ਲੈ ਕੇ ਜਾਣਾ ਜਿੰਨੇ ਡੱਕਣਾ ਡੱਕ ਸਕੇ ਕਿਉਂਕਿ ਲੋਹਰ ਦਾ ਕੋਈ ਪਾਵਾ ਅਸਰ ਲਾਵਾ ਅੱਛਾ ਢੋਲੀ ਨੂੰ ਮੈਸੇਜ ਦੇ ਦਿੱਤਾ ਹੈ ਦੇ ਦਿੱਤਾ ਸਹੀ ਹੋ ਗਿਆ ਢੋਲੀ ਤਿਆਰ ਰਹਿਣਾ ਅੱਛਾ ਲਾਲ ਸੂਰੇ ਜੋੜੇ ਵਿੱਚ ਕਹਿ ਦਿੱਤਾ ਅਸਰ ਦੀ ਜ਼ਰੂਰਤ ਹੈ ਤੇਸੀ ਖਾਨਦਾਨੀ ਆਦਮੀ ਆ ਮੇਰਾ ਦਾਦਾ ਨੋਟਾਂ ਦੀ ਅੱਗ ਬਾਲ ਕੇ ਉਹ ਕਾ ਰੱਖਦਾ ਸੀ ਅੱਛਾ ਤੁਹਾਨੂੰ ਅਗਰ ਐਕਟਿੰਗ ਵਿੱਚ ਬੁਲਾਇਆ ਜਾਏ ਕਿਸੇ ਫਿਲਮਾਂ ਵਿੱਚ ਬੁਲਾਇਆ ਜਾਏ ਤਾਂ ਕਦੀ ਕੀ ਬੰਨਣਾ ਚਾਹੋਗੇ ਸ਼ਾਨ ਬੰਨਣਾ ਚਾਹੋਗੇ ਸੁਲਤਾਨ ਰਈ ਜਾਂ ਸ਼ੇਖ ਰਸ਼ੀਦ ਸ਼ੇਖ ਰਸ਼ੀਦ ਉਹ ਤੇ ਅੱਲਾ ਤੌਬਾ ਹੈ ਤੇ ਸੁਲਤਾਨ ਰਈ ਮੈਨੂੰ ਬਹੁਤ ਪਸੰਦ ਸੀ ਉਹਦਾ ਮੈਂ ਡਾਇਲੌਗ ਸੁਣਾ ਦੇਣਾ ਤੁਹਾਨੂੰ ਉਸੇ ਤਰ੍ਹਾਂ ਹੀ ਹੋਵੇਗਾ ਤੁਸੀਂ ਮੈਨੂੰ ਕਹੋ ਕਿ ਤੈਨੂੰ ਮਾਰਦੇ ਨੇ ਮੋਲਿਆ ਤੈਨੂੰ ਮਾਰਦੇ ਨਹੀਂ ਮੋਲਿਆ ਮੋਲੇ ਨੂੰ ਮੋਲਾ ਨਾ ਮਾਰੇ ਤੇ ਮੋਲਾ ਨਹੀਂ ਮਾਰਦਾ ਪੈਣਾ ਐਵੇਂ ਕੋਈ ਨਵੇਂ ਬੰਦੇ ਸੱਚ ਕੇ ਖੜਾਕ ਨਾ ਕਰਾ ਲਈ ਕਿ ਲੋਰ ਦਾ ਪਾਵਾ ਵੀ ਆ ਗਿਆ ਤਾਢਾ ਤੇ ਸੁਲਤਾਨ ਰਾਈ ਵੀ ਜਾ ਗਿਆ ਲਾਵਾ ਵੀ ਆ ਗਿਆ ਪਾਵਾ ਵੀ ਆ ਗਿਆ ਕਿਨੇ ਹੀ ਆ ਗਏ ਪਾਵੇ ਲਾਵੇ ਤੇ ਸੁਲਤਾਨ ਰਾਈ ਤੇ ਇਹ ਤੁਸੀਂ ਸਾਡੀ ਵੀਡੀਓ ਵਿੱਚ ਹੀ ਦੇਖਿਆ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਤੇ ਥੋੜਾ ਜਿਹਾ ਇੱਧਰ ਆਈਓ ਤੁਹਾਡਾ ਲਾਵਾ ਜਰਾ ਬਹੁਤ ਹੀ ਫਟ ਨਾ ਜਾਏ ਨਾ ਹਾਂ ਕਿ ਮੈਂ ਆਖਿਆ ਲੱਗ ਤਾਂ ਮੈਨੂੰ ਵੀ ਆਉਂਦੇ ਸੀ ਫਟ ਜਾਣਾ ਅੱਛਾ ਇਹ ਬਤਾਏ ਆਪਕੀ ਕਾਮਯਾਬੀ ਦਾ ਰਾਜ਼ ਕੀ ਹੈ ਲੋਕੋ ਕੇ ਕੰਮ ਕਰਨੇ ਲੋਕ ਹੀ ਦੁਆਏ ਲੈਣੀ ਹਾਂ ਅੱਛਾ ਜੋੜੇ ਜੋ ਸਮਾਨੋਂ ਮੇ ਬਣਤੇ ਉਹਨੂੰ ਕਿਸੇ ਵੀ ਆਪ ਆਪਣੇ ਬੇਟੇ ਦਾ ਵੀ ਜੋੜਾ ਬਣਾ ਰਹੇ ਹਾਂ ਹਾਂ ਮੈਨੂੰ ਖਾਬ ਆਈ ਸੀ ਕਿ ਡੋਲੀ ਤੇਰੀ ਨੂੰ ਹੈ ਮੈਨੂੰ ਤੇ ਲੱਗਾ ਤੁਸੀਂ ਆਪਣੇ ਵਾਸਤੇ ਵੇਖਿਆ ਹੋਏਗਾ ਨਹੀਂ ਨਹੀਂ ਮੈਂ ਕੋ ਮੇਰਾ ਕੋਈ ਪ੍ਰੋਗਰਾਮ ਨਹੀਂ ਜੋ ਬੇਟੇ ਨੇ ਪਸੰਦ ਕਰ ਲਈ ਉਹ ਤੇ ਮੇਰੀ ਬੇਟੀ ਹੋ ਗਈ ਨਾ ਫਿਰ ਹਾਂ ਵੈਸੇ ਪਹਿਲਾਂ ਤੁਹਾਡੀ ਅੱਖਾਂ ਹੈ ਸੀ ਉਹਦੇ ਤੇ ਕਿ ਨਹੀਂ 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 ਕਦੀ ਵੀ ਅੱਖਾਂ ਨਹੀਂ ਹੋਈਆਂ ਕਿਉਂ ਕਿ ਮੈਂ ਇਸ ਪੋਜੀਸ਼ਨ 'ਚ ਆ ਕੋਈ 50 60 ਸਾਲ ਦੀ ਹੋਵੇ ਤੇ ਫਿਰ ਠੀਕ ਹੈ ਤੇ ਤੁਹਾਨੂੰ ਡੋਲੀ ਕਿੰਨੇ ਦੀ ਲੱਗਦੀ ਡੋਲੀ ਮੈਨੂੰ ਕੋਈ 61 ਦੀ ਲੱਗਦੀ ਉਹ ਕਿਉਂ ਕਿ ਡੋਲੀ ਚੁੱਕੀ ਬੜੀ ਬੜੀ ਗਈ ਏ ਹੈ ਨੂੰ ਪਤਾ ਢੋਲੀ ਕਿਨੂੰ ਕਹਿੰਦੇ ਨੇ ਉਹ ਜਿੰਨੇ ਚ ਦੁਲਹਣ ਬੈਠੀ ਹੁੰਦੀ ਏ ਉਹ ਢੋਲੀ ਨੂੰ ਸ਼ਰਮ ਆਈ ਉਹ ਕਹਿੰਦੀ ਮੈਂ ਦੁਲਹਣ ਚੁੱਕ ਚੁੱਕ ਕੇ ਨਾ ਆਪੀ ਢੋਲੀ ਬਣ ਜਾਨੀ ਇਹ ਉਹ ਢੋਲੀ ਹੈ ਹਾਂ ਤੇ ਉਹ ਹੁਣ ਤੁਹਾਡੇ ਸਿਰ ਤੇ ਆਣੀ ਏ ਉਹ ਇੱਥੇ ਆਣੀ ਏ ਤੁਹਾਡੀ ਹਾਂ ਇਹ ਮਹਿਲ ਹਾਂ ਗਲੀਆਂ ਇਹ ਚਬਾਰੇ ਹਾਂ ਬਸ ਹੁੰਦੇ ਇੰਤਜ਼ਾਰ ਚ ਨੇ ਮਤਲਬ ਉਹ ਸਾਰੀ ਸਾਰਿਆਂ ਨੇ ਢੋਲੀ ਚੁੱਕੀ ਹੁਣ ਤੁਸੀਂ ਚੁੱਕਣੀ ਹੈ ਸਾਡਾ ਹੱਕ ਬਣਦਾ ਨਾ इतना वायरल होगी आपको अगर आपको इमरान खान बुलाए हा? तो आप उनकी पार्टी ज्वाइन कर लेंगे या? नहीं, नहीं, कभी नहीं मजा झूठों का साथ नहीं दूंगा जालमो का साथ नहीं दूंगा करप्शन करने वाले का साथ नहीं दूंगा जो भी तोसा खाने से चोरी की की उन्होंने अभी इसलिए मैं तो करूंगा ही नहीं ना तो ये जो आपके वो नवाज शरीफ बाज शरीफ और मरियम साहिबा जो है वो बाइक चले गई इनके बारे में आप क्या कहते हैं ਵੋਟ ਸਜ਼ਾ ਭੁਗਤ ਕੇ ਗਿਆ ਕੁਛ ਸਾਬਤ ਨਹੀਂ ਹੋਵਾ ਗਵਾ ਰਹਿਣਾ ਦੁਨੀਆਵਾਲੋ ਕੁਛ ਸਾਬਤ ਨਹੀਂ ਹੋਵਾ ਦੋ ਦੋ 3 3 ਸਾਲ ਸਜ਼ਾ ਕਾਟ ਕੇ ਗਿਆ ਅਗਰ ਇਸ ਕੋ ਉਮਰਾਨਾ ਕੋ ਜੇਲ੍ਹ ਮੇਂ ਭੇਜਿਆ ਜਾਏ ਨਾ ਇੱਕ ਖਟਮਨ ਲੜੇਗਾ ਨਾ ਤੇ ਇਸ ਨੇ ਕਹਿਣਾ ਗੋਗੀ ਹੋ ਕੀ ਹੁੰਦਾ ਨਾ ਏ ਤੈਨੂੰ ਮੈਂ ਐਵੇਂ ਦਬਈ ਭੇਜਿਆ ਮੈਂ ਕਿਸ ਤਰ੍ਹਾਂ ਕਹੇਗਾ ਕਿਸ ਤਰ੍ਹਾਂ ਕਹੇਗਾ ਸਟਾਈਲ ਥੋੜਾ ਜਿਹਾ ਮਾਰ ਕੇ ਗੋਗੀ ਤੇਰੀ ਵਜ੍ਹਾ ਤੋਂ ਤੇ ਪੀੜ ਨਹੀਂ ਤੇਰੀ ਵਜ੍ਹਾ ਤੋਂ ਮੈਂ ਮਰ ਗਿਆ ਮੈਂ ਤੇ ਭਾਈ ਸਾਹਿਬ ਮੈਂ ਵੀ ਤੁਹਾਡੇ ਤਰ੍ਹਾਂ ਹੋ ਗਿਆ ते बलावल भी अच्छा लगता है या नहीं बलावल अच्छा यंग ब्लड है हाँ। अच्छा लगता है क्यों क्योंकि ईमानदार वज़ी अजम चाहिए ईमानदार वजीरा चाहिए हाँ मिनिस्टर ईमानदार चाहिए देखो मैं वहाँ का रहने वाला हूँ सॉरी मैम बहरीन का कानून चलता है कि जो गुनाहगार है ना उसको पकड़ के सज़ा मिलेगी चाहे वह शाही ख़ानदान का फर्द हो पाकिस्तान का कानून चलता है दूसरे से अगर मैं चोर चक्का भी हूँ ना तो मैं गिरेमान में, में नहीं देखता जैसे यूथी नहीं देख रहे उसका लीडर नहीं देख रहा है हम पागल थोड़े हैं कुछ सर्टिफिकेट थोड़ा पागल खाने का हम भी अक्ल वाले हैं बहरीन से डॉलर दिनार कमा के लाए हैं अपने मुल्क की खिदमत है लूटा नहीं माल ना तोसा खान अगर तोशा खाने से ये हुक्मर ले लेते हैं तख्त तो लावे का हक नहीं बनता मैं वो ही पैसा गरीबों की बेटियों की शादी करके खत्म कर दूंगा अच्छा, 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 मुझे ना आप अपनी कोई मोहब्बत की दास्तान सुनाए कोई मोहब्बत कितनी दफा हुई आपको ये ना पूछो दिल बरूरी टूटा है, है हर एक इंसान दी जिंदगी चांद है मत जख्म ना नमक लाओ बस एक बार टूटा दूसरी बार बीवी दू, दू, अच्छी मिल गई ਜੋੜ ਗਿਆ ਫਿਰ ਜੁੜ ਗਿਆ ਤੇ ਉਹਨੂੰ ਮੈਂ ਆਪਣੀ بیوی ਨੂੰ ਆਈ ਲਵ ਯੂ ਕਹਿਣਾ ਆਪਣੀ ਬੇਟੀਆਂ ਨੂੰ ਆਈ ਲਵ ਯੂ ਕਹਿਣਾ ਮੈਂ ਕਹਿਨੀ ਹੈ ਕਿ ਤੁਸੀਂ ਜਿਹੜਾ ਆਈ ਲਵ ਯੂ ਕਹਿੰਦੇ ਨਾ ਤੇ ਐਸੇ ਸਟਾਈਲ 'ਚ ਕਿਹਾ ਕਰੋ ਆਈ ਲਵ ਯੂ ਜਿਸ ਤਰ੍ਹਾਂ ਹੁੰਦਾ ਨਾ ਐਕਸ਼ਨ ਹੈ ਹਾਂ ਓਏ ਲੋ ਯੂ ਆਈ ਲਵ ਯੂ ਲੋੜੀਆ ਨਹੀਂ ਆਪਣੀ ਬੇਗਮ ਨੂੰ ਕਹਿਣਾ ਅੱਛਾ ਉਹਨੂੰ ਕਹਿਣਾ ਠੀਕ ਹੈ ਤੇ ਦੇਖ ਨਹੀਂ ਕਿ ਕਿਸ ਤਰ੍ਹਾਂ ਕਹਿੰਦੇ ਭਲਾ ਤੁਸੀਂ ਡਾਰਲਿੰਗ ਤੂੰ ਮੈਨੂੰ ਫਰਾਡੀਆਂ ਸਮਝ ਨਹੀਂ ਮੈਂ ਤੇ ਤੇਰਾ ਬੜਾ ਪਿਆਰ ਕਰਨਾ ਵਾ ਹੈ ਐਵੇਂ 18 ਸਾਲ ਗੁਜ਼ਰ ਗਏ ਨੇ ਤੈਨੂੰ ਹੱਲ ਵੀ ਨਹੀਂ ਮੇਰੇ ਤੇ ਇਤਬਾਰ ਮੈਂ ਤੈਨੂੰ ਆਈ ਲਵ ਯੂ ਕਿਹਨਾ ਜਾਨੀ ਨਾ ਨਸ਼ਰ ਕਰਨਾ ਲਾਹੌਰ ਦਾ ਇਕੋ ਹੀ ਪਾਵਾਂ ਆਸ਼ੀ ਅਖਤਰ ਲਾਵਾ ਨਹੀਂ ਹੂੰ ਆਸ਼ੀ ਅਖਤਰ ਅੱਛਾ ਆਸ਼ੀ ਤੁਹਾਡੀ ਬੇਗਮ ਬੀਵੀ ਦਾ ਨਾਮ ਹੈ ਠੀਕ ਹੈ ਅੱਛਾ ਕੋਈ ਗਾਣਾ ਸ਼ਾਨਾ ਵੀ ਸੁਣਾ ਦਿਓ ਤੇ ਜਿਸ ਨਾਲ ਤੁਹਾਡੀ ਆਵਾਜ਼ ਹੈ ਨਾ ਅੱਛਾ ਠੀਕ ਹੈ ਬੈ ਜਾਏ ਬੈ ਜਾਏ ਅੱਛਾ ਬਾਮੂ ਜੀ ਅੱਛਾ ਓਕੇ ਜੀ ਗਾਣਾ ये मैं अपनी बीवी के नाम कर रहा हूँ अच्छा, दुन, दुनिया किसी के प्यार में जन्नत से कम नहीं एक दिल रुबा है जो ਹੂਰੋਂ ਸੇ ਕਮ ਨਹੀਂ ਬੂਲੇ ਸੇ ਮੁਸਕਰਾ ਦੇ ਮੋਤੀ ਬਰਸ ਪੜੇ ਲੋਰ ਦਾ ਪਾਵਾਂ ਮੈਂ ਤੇ ਡਰਾ ਹੀ ਦਿੱਤਾ ਤੁਸੀ ਤੇ ਤੈਨੂੰ ਉਹ ਬੜੇ ਬੜੇ ਡਰ ਜਾਂਦੇ ਨੇ ਤੂੰ ਤੇ ਲੇਡੀਜ਼ ਸੇ ਇੱਥੇ ਮੈਂ ਦੁਸ਼ਮਣਾਂ ਨੂੰ ਭਜਾ ਜਤਾ ਅੱਛਾ